ਤਮਾਮ ਜਿਹੜੇ ਕਿਸਾਨ ਆਗੂ ਨੇ ਉਹ ਮੀਟਿੰਗ ਦੇ ਕਿਸਾਨ ਆਗੂ ਜਿਹੜੇ ਨੇ ਅੱਗੇ ਲੈ ਕੇ ਜਾਣਗੇ। ਇਹ ਵੀ ਕੁਛ ਵੀ ਨਹੀਂ ਨਿਬੜਿਆ, ਚੁੱਪ ਕਰਕੇ ਬਹਿ ਗਏ, ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ, ਚੁੱਪ ਕਰਕੇ ਬਹਿ ਗਏ ਮੁੜੇ। ਅੱਜ ਸਰ ਉਹ ਜਿਹੜਾ ਬਾਬਾ ਲੱਖਾ ਸਿੰਘ ਵਿੱਚ ਵੜਿਆ ਉਹ ਵੀ ਸੀਗਾ ਅੱਜ, ਬਾਬਾ ਬੁਬਾ ਕੋਈ ਨਹੀਂ ਸੀ ਉੱਥੇ, ਪ੍ਰਪੋਜ਼ਲ ਵੀ ਕੋਈ ਨਹੀਂ ਦਿੱਤਾ। ਅੱਜ ਤਾਂ ਜਿਹੜੀ ਸਰਕਾਰ ਐਂ ਕਹਿ ਰਹੀ ਹੈ, ਪਹਿਲਾਂ ਬਿਆਨ ਹੀ ਮੈਂ ਤੁਹਾਨੂੰ ਸਵੇਰੇ ਦੱਸ ਕੇ ਗਿਆ, ਸਰਕਾਰ ਦਾ ਬਿਆਨ ਸੀ ਵੀ 3 ਕਾਨੂੰਨਾਂ ਦੇ ਰੱਦ ਨਹੀਂ, ਉੱਥੇ ਕੋਈ ਗੱਲ ਨਹੀਂ ਹੋਣੀ। ਜੇ ਕੋਈ ਪ੍ਰਪੋਜ਼ਲ ਹੈ, ਸੰਸ਼ੋਧਨ ਕਰਨਾ, ਉਹਦੇ 'ਚ ਅਮੈਂਡਮੈਂਟ ਕਰਨੀ ਹੈ ਤਾਂ ਗੱਲ ਕਰ ਲਓ। ਉਹ ਦੁਬਾਰਾ ਦੁਬਾਰਾ ਉਹੀ ਗੱਲਾਂ ਕਹਿ ਰਹੇ ਨੇ, ਉੱਥੇ ਹੀ ਖੜੇ ਨੇ, ਸਰਕਾਰ ਅਜੇ ਹਿੱਲੀ ਨਹੀਂ ਹੈ। ਮੀਟਿੰਗ ਦੇ ਵਿੱਚ ਕੌਣ ਸ਼ਾਮਿਲ ਸੀ? ਉਹੀ ਜਿਹੜੇ ਪਹਿਲਾਂ ਹੁੰਦੇ ਨੇ, ਉਹੀ ਸਾਰੇ ਸੀ। ਜਦੋਂ ਸਾਰੇ ਆਉਣਗੇ ਅਸੀਂ ਵੀ ਆਵਾਂਗੇ, ਕਹਿ ਕੇ ਆਏ ਨੇ ਵੀ ਆਉਣਗੇ, ਆਵਾਂਗੇ ਜਾਵਾਂਗੇ। ਗੱਲ ਤਾਂ ਹੁਣ ਕਰ ਨਹੀਂ ਰਹੇ, ਪਿਛਲੀ ਮੀਟਿੰਗ 2.5 ਘੰਟੇ ਚੱਲੀ, ਅੱਜ 1.5 ਘੰਟਾ ਚੱਲੀ, ਤੇ ਲੱਗਦਾ ਹੈ ਕਿ ਹੁਣ ਲੱਗਦਾ ਹੁਣ ਅਗਲੀ ਮੀਟਿੰਗ ਦਾ 1.5 ਘੰਟਾ ਚੱਲੇਗੀ, ਕਿਉਂਕਿ ਟਾਈਮ ਤਾਂ ਘਟਦਾ ਜਾ ਰਿਹਾ। ਹੁਣ ਸਰਕਾਰ ਤਾਂ ਬਿਲਕੁਲ ਗੱਲ ਹੀ ਨਹੀਂ ਸੁਣ ਰਹੀ। ਅੱਜ ਵੀ ਸਾਡਾ ਘੰਟਾ ਵੱਧ ਹੀ ਲੱਗਿਆ ਉੱਥੇ, ਤਾਂ ਬਹੁਤ ਛੇਤੀ ਰੋਕੀ ਸੀ ਮੀਟਿੰਗ। 26 ਜਨਵਰੀ ਕੇ ਬਾਰੇ ਮੈਂ ਸਰਕਾਰ ਸੇ ਕਿਆ ਬਾਤ ਕਰਨੀ, ਉਹ ਤਾਂ ਜੋ ਦਿਆ ਹੁਆ ਪ੍ਰੋਗਰਾਮ ਉਹ ਹੈ, ਉਹ ਦੇਖਿਆ। ਸਰਕਾਰ ਕੋ ਪਤਾ, ਰੋਜ਼ ਇੰਟੈਲੀਜੈਂਸੀ ਉਹਨਾਂ ਦੀ ਵਿੱਚੀ ਫਿਰਦੀ ਹੈ, ਸਾਰਾ ਦਿਨ ਅਖਬਾਰਾਂ 'ਚ ਖਬਰਾਂ ਆਉਂਦੀਆਂ ਨੇ। ਸਰ ਜਿਹੜੇ ਉਹਨਾਂ ਨੇ ਕੱਲ ਕਿਹਾ ਸੀ ਵੀ ਸਟੇਟਾਂ ਨੂੰ ਅਧਿਕਾਰ ਦਿੱਤਾ ਜਾਊਗਾ, ਉਹ ਵਾਲੀ ਪ੍ਰਪੋਜ਼ਲ 'ਚ ਕੋਈ ਰੱਖੀ? ਬਿਲਕੁਲ ਨਹੀਂ ਰੱਖੀ, ਕੋਈ ਨਹੀਂ, ਕੱਲਾ ਬਿਆਨ ਹੀ ਸੀ ਮੀਡੀਆ ਦੇ। ਹਾਂ, ਕੱਲਾ ਬਿਆਨ ਹੀ। ਸੋ ਦੇਖੋ ਜੋਗਿੰਦਰ ਸਿੰਘ ਉਗਰਾਹਾਂ ਇੱਥੋਂ ਜਾ ਰਹੇ ਨੇ, ਬਾਕੀ ਵੀ ਕਿਸਾਨ ਆਗੂ ਜਿਹੜੇ ਨੇ ਜਲਦੀ ਹੀ ਬਾਹਰ ਆਉਣਗੇ, ਤੇ ਲਾਈਵ ਅਪਡੇਟਸ ਇਹੀ ਨੇ ਕਿ ਅਗਲੀ ਮੀਟਿੰਗ 15 ਤਰੀਕ ਤੈਅ ਕਰ ਦਿੱਤੀ ਗਈ ਹੈ। ਉਸ ਮੀਟਿੰਗ 'ਚ ਆਉਣ ਦਾ ਫੈਸਲਾ ਕਿਸਾਨ ਆਗੂ ਆਪਣੀ ਸਾਂਝੀ ਮੀਟਿੰਗ ਦੇ ਵਿੱਚ ਲੈਣਗੇ, ਪਰ ਹੁਣ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤੇ ਸਾਡਾ ਧਿਆਨ ਜਿਹੜਾ ਹੈ ਉਹ ਹੁਣ 26 ਜਨਵਰੀ ਨੂੰ ਕੀਤੇ ਜਾ ਰਹੇ ਕਿਸਾਨ ਮਾਰਚ 'ਤੇ ਹੋਵੇਗਾ। ਸੋ ਤਮਾਮ